बिस्मिल्लाहिर्रहमानिर्रहीम अस्सलाम अलैकुम तमाम दोस्तों अज की बैठक में असी खुश आमदीद कहने सत बिस्मिल्ला जी आयां नूं। दोस्तों साढ़े चैनल की टीम बुजुर्गों नूं लभदा लभाया अज पहुँच चुकी है पिंड फतेहपुर बिजड़ी दे विच, जो कि तहसील जफरवाल और ज़िला नारोवाल का एक छोटा जिहा पिंड है और इनू जिहड़ा नज़दीकी कस्बा लगता वह दरमान है, तो जिहड़ा कि एक हिंदुआ का ब्राह्मणा का पिंड सी पुराना, तो जिथों के नागर और सुदागर दो भाई बड़े मशहूर गुजरे ने। दोस्तों साड़ी वीडियो अज रौनक बख्शन गए चाचा रहमदीन, जिन्हों का जिहड़ा पुराना पिंड सी रियासत जम्मू कश्मीर दे विच सी तहसील सांबा दे विच पिंड सरगाल। तो दोस्तों आओ फिर मुलाकात करने चाचा रहमदीन दे नाल और उन्हां दी जिहड़ी पुरानियां यादां ने उन्हां नाल ताज़ा करने, उन्हां दे पिंड दे बारे च उन्हां कोलों मालूमात लैण दी कोशिश करने। तो आओ फिर चलने चाचा रहमदीन दे डेरे ते और उन्हां नाल गपशप शुरू करने। दोस्तों इस वक्त तुसी मुलाहजा फरमा रहे हो पिंड बिरड़ी दा गवर्नमेंट बॉयज़ प्राइमरी स्कूल, उदा व्यू तुसी अपनी स्क्रीन ते देख रहे हो, ते ऐ वो छोटी जी गली है जिहड़ी इस स्कूल नूं आके अटैच करदी है। तो दोस्तों असीं थोड़ा जिहा बाहर वाली साइड तों तुहानूं दिखाने अपना व्यू इस स्कूल दा, जिहड़ा जनूब वाली साइड है, खूबसूरत किस्म दीआं फसलां ने, खूबसूरत किस्म दा नज़ारा। अस्सलाम वालेकुम, अमाई अस्सलाम वालेकुम चाचू, की नाम जी अपना? हाँ जी, की नाम जी अपना? रहमदीन। रहमदीन माशाल्लाह। अम्मा जी थोड़ा की नाम है? बेगम जी। बेगम, बेगम, अच्छा। तो चाचू वाल साहब का की नाम जी? हाँ जी, वाल साहब का की नाम है? मेरे वाल साहब जी जी गुलाबदीन। गुलाबदीन, तो कोई दादे उन्हों का नाम याद है की है? हाँ जी जी, दसो। सदरदीन। सदरदीन माशाल्लाह जी। तो इस वक्त अं चाचू कि पिंड बैठे इस टाइम? फतेहपुर। फतेहपुर? हाँ। अच्छा, ਇਹਨੂੰ ਕਿਹੜੀ ਤਹਿਸੀਲ ਲੱਗਦੀ ਜੀ? ਇਹਨੂੰ ਸ਼ਕਰਗੜ੍ਹ। ਸ਼ਕਰਗੜ੍ਹ, ਹੁਣ ਜ਼ਫਰਵਾਲ ਹੈ। ਹੁਣ ਜ਼ਫਰਵਾਲ ਹੈ ਅਤੇ ਜ਼ਿਲ੍ਹਾ ਨਾਰੋਵਾਲ ਹੈ। ਹਾਂ ਅੱਛਾ, ਅਤੇ ਇਸ ਫਤਿਹਪੁਰ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਜੀ? ਇਹਦੇ ਦੁਆਲੇ ਬਥੇਰੇ ਪਿੰਡ ਹੈ, ਕੜਗਾਲ ਹੈ ਜੀ, ਕੁੱਠੀ ਹੈ, ਡਿੰਗਾ, ਡਿੰਗਾ, ਖੰਡੋਰੀ, ਠੀਕ ਹੈ, ਅਤੇ ਇਹ ਤਰਕਵਾਲ ਹੈ। ਇੱਧਰ ਤਰਕਵਾਲ, ਠੀਕ ਹੋ ਗਿਆ। ਚਾਚੂ ਇੱਧਰ ਦੇ ਰਹਿਣ ਵਾਲੇ ਹੋ ਕਿ ਜਾਂ ਉੱਧਰੋਂ ਆਏ ਦੇ ਹੋ? ਉੱਧਰੋਂ ਆਏ ਜੀ। 47 ਤੋਂ ਪਹਿਲੇ? ਹਾਂ। ਅਤੇ ਕਿੰਨੀ ਕੁ ਮਾਸ਼ਾਅੱਲਾ ਉਮਰ ਹੋ ਗਈ ਆਪਣੀ? 17 ਤੋਂ ਵਾਲੇ, 17 ਤੋਂ ਵਾਲੇ ਕੁਝ ਹੀ ਨਹੀਂ। ਨਹੀਂ, ਜਦੋਂ ਵੰਡ ਹੋਈ ਹੈ 47 ਦੀ? ਆਹੋ। ਉਦੋਂ ਤੁਹਾਡੀ ਉਮਰ ਕਿੰਨੀ ਸੀ? ਉਸ ਵੇਲੇ ਕੋਈ 15-16 ਸਾਲ ਹੈ। 15-16 ਸਾਲ ਸੀ ਜਦੋਂ ਇੱਧਰ ਆਇਆ। ਅੱਛਾ, ਤੁਸੀਂ ਇੱਕ ਤੂੰ ਮਾਸ਼ਾਅੱਲਾ ਤੁਸੀਂ ਫਿਰ ਸਿਹਤ ਤੁਹਾਡੀ ਜਿਹੜੀ ਉਮਰ ਸੀ ਕਾਫੀ ਉਮਰ ਸੀ ਤੁਹਾਡੀ, 15-16 ਸਾਲ ਦਾ ਉਮਰ ਬੱਚਾ ਜਿਹੜਾ ਹੁੰਦਾ ਉਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ। ਬਿਲਕੁਲ। ਅਤੇ ਤੁਹਾਡੇ ਕੋਲੋਂ ਸਾਨੂੰ ਫਿਰ ਕਾਫੀ ਚੀਜ਼ਾਂ ਦਾ ਇਨਸ਼ਾਅੱਲਾ ਪਤਾ ਚੱਲੇਗਾ। ਅੱਛਾ, ਇਸ ਵਕਤ ਪਾਕਿਸਤਾਨ ਬਣਿਆ ਹੋ ਗਿਆ 74 ਸਾਲ ਜੀ, ਅਤੇ 74 ਐਕੜੇ ਅਤੇ 15 ਵਿੱਚ ਪਾਓ ਹੋਰ, ਇਹ ਤਾਂ 90 ਦੇ ਕਰੀਬ ਪਹੁੰਚ ਜਾਂਦੇ ਨੇ ਤੁਸੀਂ। ਬਿਲਕੁਲ, ਮਾਸ਼ਾਅੱਲਾ ਤੁਹਾਡੀ ਸ਼ੁਕਰ ਅਲਹਮਦੁਲਿਲਾ, ਤੁਹਾਡੀ ਸਿਹਤ ਬਿਲਕੁਲ ਠੀਕ ਹੈ। ਚਾਚੂ ਉੱਧਰ ਕਿਹੜਾ ਪਿੰਡ ਸੀ ਆਪਣਾ? ਸਰਗਾਲ। ਸਰਗਾਲ, ਸਰਗਾਲ ਅਤੇ ਤੇਲਵਾਲੀ ਦੇ ਲਾਗੇ। ਹੋਰ ਕਿਹੜੇ ਕਿਹੜੇ ਪਿੰਡ ਹਨ ਸਰਗਾਲ ਦੇ ਦੁਆਲੇ? ਸਾਡੇ ਪਿੰਡ ਦੇ ਦੁਆਲੇ ਹੀ ਤੇਲਵਾਲੀ, ਤੇਲਵਾਲੀ, ਦਿਆਣੀ, ਦਿਆਣੀ, ਪਰਜਾਣੀ, ਪਰਿਆਣੀ, ਪਰਜਾਣੀ, ਪਰਜਾਣੀ, ਹਾਂ ਅੱਛਾ, ਅਤੇ ਕਲੇਤਰ, ਕਲੇਤਰ, ਅਤੇ ਇੱਕ ਘੁਮਿਆਰਾਂ ਦਾ ਪਿੰਡ ਸੀ ਸਾਡੇ ਦੱਖਣ, ਸ਼ਾਹਰੂ ਕਾਟਲ ਲੰਬੜ ਸੀ ਉੱਥੋਂ ਦਾ। ਸ਼ਾਹਰੂ ਕਾਟਲ ਲੰਬੜ ਸੀ ਉਸ ਪਿੰਡ ਦਾ? ਹਾਂ। ਪਿੰਡ ਦਾ ਨਾਂ ਨਹੀਂ ਦੇਣ ਚਾਹੁੰਦਾ ਵਾ, ਘੁਮਿਆਰਾਂ ਦਾ ਪਿੰਡ ਨਾਂ ਸਰਗਾਲ ਹੀ ਉਹਦਾ। ਅੱਛਾ, ਉਹ ਖਰਕਾ ਸਰਗਾਲ ਹੀ, ਅਸੀਂ ਉਤਲੇ ਸਰਗਾਲ, ਤੁਸੀਂ ਉਤਲੇ ਸਰਗਾਲ। ਅਤੇ ਦੱਸੋ ਸਾਨੂੰ ਕਿ ਕਿਹੜੀ ਤਹਿਸੀਲ ਵਿੱਚ ਤੁਹਾਡਾ ਪਿੰਡ ਵਾਕਿਆ ਸੀ? ਸਾਂਬੇ 'ਚ, ਤਹਿਸੀਲ ਸਾਂਬਾ, ਜ਼ਿਲ੍ਹਾ ਜੰਮੂ। ਹਾਂ, ਠੀਕ ਹੋ ਗਿਆ। ਅਤੇ ਅਸੀਂ ਤੁਹਾਡੇ ਪਿੰਡ ਦੇ ਬਾਰੇ ਜ਼ਰਾ ਜਾਣਨਾ ਚਾਹੁੰਦੇ ਹਾਂ ਕਿ ਉਹ ਪਿੰਡ ਜਿਹੜਾ ਤੁਹਾਡਾ ਕਿਸਾਂ ਦਾ ਪਿੰਡ ਸੀ, ਰਹਿਣ ਸਹਿਣ ਤੁਹਾਡਾ ਕਿਸਾਂ ਦਾ ਸੀ? ਪਿੰਡ ਸਾਹਿਬ 5-7 ਘਰ ਇੱਥੇ ਸੀ, 5-7 ਅੱਗੇ ਵੱਖਰੇ ਵੱਖਰੇ ਸੀ, ਕਿਉਂ ਕੱਖਾਂ ਦੀਆਂ ਕੁੰਡੀਆਂ ਸੀ, ਛੰਨੇ ਬਣੇ ਦੇ ਹਨਾ। ਹਾਂ ਅੱਛਾ ਅੱਛਾ, ਉਹ ਇਹਦੇ 'ਚ ਇਹ ਸੀ ਵੀ ਇਕੱਠਾ ਨਹੀਂ ਸੀ ਹੁੰਦੇ, ਕੋਈ 4 ਘਰ ਇੱਥੇ ਨਾ, 4 ਪਰੇ ਜੇ ਨਾ, 4 ਪਰੇ ਜੇ ਨਾ, ਛੰਨਾ ਸੀ ਕੱਖਾਂ ਦੀਆਂ। ਅੱਛਾ ਅੱਛਾ, ਉਹ ਜਿਹੜੇ ਕਿਤੇ ਅਸੀਂ ਵੈਸੀ ਗੱਲ ਹੁੰਦੀ ਜੇ ਇੱਕ ਨੂੰ ਲੱਗਦੀ ਤਾਂ ਸਾਰਾ ਮੁਲਕ ਹੀ ਸੜ ਜਾਂਦਾ ਸੀ। ਅੱਛਾ, ਇਹ ਨਹੀਂ ਕਿ ਉਹ ਅੱਗ ਜਿਹੜੀ ਹੈ ਅਗਰ ਇੱਕ ਨੂੰ ਅੱਗ ਨਹੀਂ ਤਾਂ ਫਿਰ ਬਚਾ ਨਹੀਂ ਸਕਦਾ, ਸਾਰਿਆਂ ਨੂੰ ਅੱਗ ਲੱਗ ਗਈ, ਫਿਰ ਸਾਰੇ ਲੱਗ ਗਏ ਅੱਖਾਂ ਦੀਆਂ ਹਨ ਸਾਰੀਆਂ। ਹੈ, ਉਹ ਫਿਰ ਇਹ ਵੀ 2 ਘਰ 4 ਇੱਥੇ ਨੇ ਆਪਣੀ ਪੈਲੀ 'ਚ, 2-4 ਉਹ ਪਰੇ ਨੇ, 2-4 ਉਹ ਪਰੇ ਨੇ, ਵਰਤਾ ਇੱਕੋ ਹੀ ਹੈ। ਅਤੇ ਲੰਬੜਦਾਰ ਕਿਹੜੇ ਪਿੰਡ ਦਾ ਸੀ? ਲੰਬੜਦਾਰ ਸਾਡੇ ਪਿੰਡ ਦਾ, ਸਰਗਾਲ ਦਾ, 9 ਘਰ ਸੀ ਸਾਡੇ। 9 ਘਰਾਂ ਦਾ ਉਹ ਲੰਬੜ ਸੀ? 9 ਘਰਾਂ ਉਹ ਕਿੰਨੀਆਂ ਛੰਨਾਂ ਦਾ ਉਹ ਲੰਬੜ ਸੀ, ਬਾਕੀ ਜਿਹੜੀਆਂ ਛੰਨਾਂ ਆਪਣੀਆਂ? ਬਸ ਉਹ 9 ਘਰਾਂ ਦਾ ਹੀ ਲੰਬੜ ਸੀ,
जमीन जी पिंड की किस तरह की पथरीली ही या चिकनी ही निक्का पत्थर अच्छा पत्थर गोल जड़े होंगे ने अच्छा इस जमीन के ठीक है तो कड़ी कड़ी फसल उतों बाजरा आम बाजरा ते कणक बाजरा ते कणक मुंजी वगैरह कोई नहीं ओ कोई शायद कोई शायद उनू पानी वगैरह लाने वास्ते कोई है सी बंदोबस्त कोई बंदोबस्त नहीं अल्लाह ही लांदा है बरानी हां सारीयां अच्छा बराना मुल्क ते पिंड विच पानी पीने वास्ते कोई खुश हुआ है पानी पिंड पीने वास्ते 2 मील पैड़ा दखन सी खूह अच्छा गंगीत पिंड का ना केड़ा पिंड गंगीत गंगीत हाँ उत्थू पानी पी लै चले खूह अच्छा ओ पानी इतों खड़ना आन के दो चौं कुआं तो किल्लियां तो आन के त्रै घर ने जा चार घर ने जा छे घर ने उत्थों पानी खड़ना उत्थू पानी पीने वास्ते इस्तेमाल वास्ते खड़ना ओ खड़ना ते जड़े ही ना एक तला ही अपना उदे डंगर नहीं बन देंदे पिंड विच तला च डंगर नहीं बन देना अगे खलो गए पानी डाना तो पिछा ला जाना उदे दुआले कोई गंद छंद नहीं दरखत भी कोई नहीं उदे दुआले दरखत इको बोर सी दखण वाले पासे ते बाकी ये मुल्क वेला अच्छा ते उदे विच वी यानी कि पानी पीने वास्ते इस्तेमाल कर लैंदे रहे ने जी सियाल नू कर दे सियाल नू ठीक हो गया साफ बिल्कुल साफ उदे दुआले कोई शायद तलाब भी बड़ा बड़ा ही कोई 2 किल्लियां च ही है अच्छा 2 किल्लियां विचों तलाब ही ते जिहड़े जानवर हन उन्हां नू वास्ते भी उत्थों इस्तेमाल करदे रहे पानी जानवर ते रात नू पींदे होणगे ते माल जिहड़ा ही ना माल बछे नू डाणा ते अगे खलो के डाणा विच नहीं बन देना विच नहीं बन देना ठीक है ते आपे गुसल वास्ते कित्थों पानी इस्तेमाल लैंदे रहे करदे रहे जदों नहाणा हुंदा रहा घर ਉਹ ਤਲਾਂ ਤਲੂੰ ਚੋਂ ਲੈ ਜਾਣਾ ਅਤੇ ਜਾਂ ਪੀਣ ਵਾਸਤੇ ਤਾਂ ਗੰਗੀਤ ਖੂਹ ਹੀ ਉੱਥੋਂ ਖੜਦੇ ਸੀ ਲੋਕ ਦੁਨੀਆ ਆਣ ਕੇ ਵਾਹਵਾ ਛਿੰਡੇ ਤੱਕ ਅੱਛਾ ਅਤੇ ਇਹਦੇ ਫਿਰ ਬੜੀ ਪਰੇਸ਼ਾਨੀ ਵਾਲੀ ਜ਼ਿੰਦਗੀ ਸੀ ਹੈ ਪਾਣੀ ਤੋਂ ਇਹੋ ਹੀ ਬਸ ਠੀਕ ਹੈ ਅਤੇ ਪਿੰਡ ਵਿੱਚ ਮਸੀਤ ਵੀ ਆਈ ਕੋਈ ਮਸੀਤ ਹੈ ਅੱਛਾ ਤੂੰ ਜੁਮਾ ਸ਼ੁਮਾ ਵੀ ਹੁੰਦਾ ਰਹਾ ਇੱਥੇ ਤੂੰ ਈਦ ਜੁਮਾ ਸ਼ੁਮਾ ਤਾਂ ਘੱਟ ਹੀ ਹੁੰਦਾ ਤਾਂ ਖੈਰ ਬਿਰਲੇ ਬਿਰਲੇ ਘਰ ਹੀ ਤੇਲ ਵਾਲੀ ਸਾਡੇ ਲਾਗੇ ਨਾਲ ਘਰਾਂ ਥੋੜ੍ਹਾ ਜਿਹਾ ਛਿੰਦੇ ਤੇਲ ਵਾਲੀ ਉੱਥੇ ਮਸੀਤ ਪੱਕੀ ਆ ਉੱਥੇ ਜੁਮਾ ਸ਼ਮਾ ਹੁੰਦਾ ਸੀ ਹੈ ਹਾਂ ਅਤੇ ਪਿੰਡ ਆਪਣੀ ਜਿਹੜੀ ਮਸੀਤ ਸੀ ਉਹਦਾ ਮੌਲਵੀ ਕੌਣ ਸੀ ਸਾਡੇ ਪਿੰਡ ਕੋਈ ਨਹੀਂ ਸੀ ਨਹੀਂ ਬਾਹਰ ਦਾ 9 ਘਰ ਹੈ ਸਾਰੇ ਅੱਛਾ 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 ਅਤੇ 9ਵਾਂ ਘਰ ਤੇਲ ਵਾਲੀ ਮਸੀਤ ਸੀ ਅਤੇ ਤੁਹਾਡੇ ਪਿੰਡ ਯਾਨੀ ਕਿ ਮਸੀਤਾਂ ਨਹੀਂ ਸੀ ਨਹੀਂ ਠੀਕ ਹੈ ਉਹ ਨਾਲ ਹੀ ਪਿੰਡ ਸਨ ਜਿਸ ਤਰ੍ਹਾਂ ਠਾਕਰ ਦੁਆਰਾ ਨਾ ਇੱਥੋਂ ਹਾਂਜੀ ਇਸ ਤਰ੍ਹਾਂ ਪਿੰਡ ਸੀ ਉਹ ਅਤੇ ਸਕੂਲ ਵਗੈਰਾ ਵੀ ਆਏ ਪਿੰਡ 'ਚ ਕੋਈ ਸਕੂਲ ਦਿਆਣੀ ਬਾਹਮਣਾ ਦੇ ਪਿੰਡ 'ਚ ਦਿਆਣੀ ਬਾਹਮਣਾ ਦੀ ਉਸ ਪਿੰਡ 'ਚ ਸਕੂਲ ਸੀ ਅਤੇ ਜਿਹੜੇ ਬੱਚੇ ਤੁਹਾਡੇ ਹਨ ਯਾਨੀ ਕਿ ਉੱਥੇ ਜਾਂਦੇ ਰਹੇ ਨੇ ਪੜ੍ਹਨ ਵਾਸਤੇ ਪੜ੍ਹਨ ਵਾਸਤੇ ਠੀਕ ਆ ਅਤੇ ਦੱਸੋ ਵਾ ਸਾਨੂੰ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਸੀ ਕਿ ਇੱਕ ਪਾਕਿਸਤਾਨ ਬਣ ਗਿਆ ਇੱਕ ਇੰਡੀਆ ਬਣ ਗਿਆ ਇੱਥੋਂ ਅਸੀਂ ਚਲਾ ਜਾਣਾ ਐਲਾਨ ਹੋ ਗਿਆ ਸੀ ਅਤੇ ਫਿਰ ਖਲਕਤ ਜਿਹੜੀ ਇਹਨਾਂ ਨਿਕਲ ਆਈ ਪਹਿਲਾਂ ਖੈਰ ਦੀਨ ਜੱਟ ਸੀ ਘੰਗੋਆਲੇ ਦਾ ਘੰਗੋਆਲ ਦਾ ਉਹਨੇ ਦੱਸਿਆ ਵੀ ਆਓ ਚਲੀਏ ਅੱਛਾ ਉਹ ਜਿਹੜੇ ਹੋਈ ਨਾ ਖਲਕਤ ਇਕੱਠੀ ਲਗਾ ਆਖਣਾ ਅੱਜ ਨਹੀਂ ਜਾਣਾ ਕੱਲ੍ਹ ਜਾਣਾ ਅੱਛਾ ਉਹ ਰਾਤ ਨੂੰ ਡੋਰੀ ਨਿਕਲ ਆਇਆ ਅਤੇ ਲੋਕ ਆਪਣੇ ਘਰੇ ਚਲ ਗਏ ਆਪੇ ਉਹ ਆ ਗਿਆ ਅਤੇ ਲੋਕ ਵਾਪਸ ਚਲਾ ਗਏ ਆਪਣੇ ਵਾਪਸ ਚਲ ਗਏ ਫਿਰ ਉਹ ਜਿਹੜੇ ਘਰੇ ਚਲ ਗਏ ਅਤੇ ਦੂਏ ਸਵੇਰੇ ਪਤਾ ਲੱਗ ਗਿਆ ਵੀ ਖੈਰ ਦੀਨ ਜੱਟ ਦੇ ਚਲੇ ਉਹਨੂੰ ਕੁਰਸੀ ਮਿਲਦੀ ਸੀ ਕਚਹਿਰੀ 'ਚ ਪੜ੍ਹਿਆ ਤਾਂ ਬੜਾ ਹੈ ਅੱਛਾ ਇਹ ਜੱਟ ਹੋ ਗਈ ਬੈਠੇ ਜੀ ਉਹ ਉੱਧਰ ਜਿਹੜੇ ਉਹ ਨਿਕਲ ਆਇਆ ਅਤੇ ਫਿਰ ਆਲਾ ਦੁਆਲਾ ਸਾਰਾ ਹੀ ਯਾਨੀ ਕਿ ਉਹ ਜਦੋਂ ਕਚਹਿਰੀ ਕਿਤੇ ਜਾਂਦੇ ਰਹੇ ਨੇ ਉਹਨੂੰ ਬਹਿਣ ਵਾਸਤੇ ਕੁਰਸੀ ਮਿਲਦੀ ਸੀ ਕੁਰਸੀ ਮਿਲਦੀ ਗੌਰਮੈਂਟ ਦੀ ਤਰਫੋਂ ਪੜ੍ਹਿਆ ਤਾਂ ਬੜਾ ਯਾਰ ਅੱਛਾ ਅੱਛਾ ਅਤੇ ਉਹਦੇ ਜ਼ਰੀਏ ਤੁਹਾਨੂੰ ਪਤਾ ਚੱਲਾ ਕਿ ਇੱਥੋਂ ਅਸੀਂ ਚਲਾ ਜਾਣਾ ਉਹ ਜਿਹੜੇ ਉਹ ਨਿਕਲ ਆਇਆ ਹਾਂਜੀ ਪਹਿਲਾਂ ਐਲਾਨ ਕੀਤਾ ਵੀ ਆਓ ਚਲੀਏ ਅਤੇ ਜਿਹੜੇ ਖਲਕਤ ਇਕੱਠੀ ਹੋਈ ਤਾਂ ਲਗਾ ਆਖਣਾ ਅੱਜ ਨਹੀਂ ਜਾਣਾ ਕੱਲ੍ਹ ਜਾਣਾ ਉਹ ਜਿਹੜੇ ਦੁਨੀਆ ਮੁੜ ਪਿਛਾਂ ਘਰਾਂ ਨੂੰ ਚੱਲ ਗਈ ਉਹ ਰਾਤ ਨੂੰ ਨਿਕਲ ਆਏ ਅੱਛਾ ਅਤੇ ਸਾਨੂੰ ਦੱਸੋ ਦਾ ਕਿ ਉਸ ਪਿੰਡ ਵਿੱਚ ਤੁਹਾਡਾ ਰਹਿਣ ਸਹਿਣ ਜਿਹੜਾ ਸੀ ਮਸਲ ਰਾਤ ਨੂੰ ਤੁਸੀਂ ਕੀ ਬਾਲਦੇ ਰਹੇ ਹੋ ਲਾਈਟ ਕਿਸ ਤਰ੍ਹਾਂ ਕਰਦੇ ਰਹੇ ਹੋ ਦੀਵੇ ਦੀਵੇ ਨਹੀਂ ਅੱਛਾ ਉਹਦੇ ਵਿੱਚ ਕੀ ਪੈਂਦਾ ਦੀਵੇ ਮਿੱਟੀ ਦਾ ਤੇਲ ਮਿੱਟੀ ਦਾ ਤੇਲ ਮਿੱਟੀ ਦਾ ਤੇਲ ਪੈਣਾ ਅਤੇ ਉਹ ਬਸ ਰਾਤ ਸਾਰੀ ਉਹ ਬਲ ਕੜੀ ਜਾਂਦੀ ਰਹੀ ਹੈ ਮਿੱਟੀ ਦਾ ਤੇਲ ਨਹੀਂ ਜਿੰਨਾ ਚਿਰ ਜਾਗਣਾ ਜੋਗਣਾ ਇੰਨਾ ਚਿਰ ਤਾਂ ਫਿਰ ਬੁਝਾ ਹੜਨਾ ਅੱਗੋਂ ਅਤੇ ਉਹਨੂੰ ਫਿਰ ਦੁਬਾਰਾ ਬਾਲਣ ਵਾਸਤੇ ਅੱਗ ਕਾਹਦੀ ਲੈਂਦੇ ਰਹੇ ਉਹ ਮਾਚਿਸ ਹੁੰਦੀ ਮਾਚਿਸ
चूल्हे च बालना ते उत्थों ला लैनी ते नहीं ते माचिस उस टाइम जानी कि मिल जाती रही है। हाँ अच्छा, ते पिंड विच दुकान है ही कोई थे? कोई दुकान नहीं। जो रोज़ का सौदा वगैरह ही कितों लैके आते रहे हो? सौदा वगैरह लिया जिन्ना इतों ठाकर द्वारा ना इन्नी दूर ही पांच सात दुकाना। अच्छा, दियानी दियानी बिच पांच सात दुकाना कट्ठिया बनी गई? हाँ, उतों सौदा लैके आते उतों लियाना करना। तो सांबा भी लागे ही तीन को पेंड आए। अच्छा, तीन को थोड़ा पिंड दूर से सांबे तो? सांबे तो चढ़ते ही सांबा लेंदे ही तो सौदा सूदा उतों लियाना, दुध शुद्ध भी उत्थे बेचन जाना। अच्छा, हाँ जरा शादी का नीड़ा कपड़ा होंगे ही वह भी उतों लैके आते? वह भी उतों लियाना। ठीक हो गया। अच्छा, तो होर कोई दसो सू कि पिंड कोई जरा कोई सिर कटते जी हाँ थोड़े कोई जिमीदार कहता ना लवो? वो मराल बैठा था लंबड़ बाली। बाली लंबड़? हाँ, तो मोहम्मदी। अच्छा, वो मराल ने तो कोई अपने इलाके उ पहलवान है? साडे इलाके च पहलवान सोनी पहलवान मिठू पहलवान। एक सोनी पहलवान तो एक मिठू पहलवान। मिठू एक सराज वो बैठी है बैठे। अच्छा, दसो सू कि पिंड कोई मेला शेला हों? छिंज। छिंज होंगी? हाँ, अपने पिंड। हाँ माशाल्लाह जी। तो कि बजुर्ग हाँ जिन्हों का उसे दरबार से छिंज होंगी? मोहम्मदीन बाली का प्यो। मोहम्मदीन बाली? मोहम्मदीन पुत्र ते बाली प्यो। बाली प्यो से लंबड़दार भी वह सी। उन्हों का ही मेला होंगे छिंज होंगी जी? छिंज कराते। अच्छा, छिंज में बस कुश्तियाँ होंगे हैं या कबड्डी होंगी? कोई कुर्सी करसी नहीं। नहीं, कुश्ती होंगी या कबड्डी? कुश्ती कुश्ती घोल होंगे। हाँ अच्छा, तो कोई नामी ग्रामी को पहलवान का नाम लगा? नामी ग्रामी पहलवान मिठू। मिठू अगे भी तुझे नाम लिया? सराज। सराज ये बैरियां बैठे थे? बैरियां बैठे थे। ठीक हो गया। तो बाग है सर पिंड कोई? तू बाग? बाग हो कोई नहीं, दो दो चार चार घर ही कली कली गुड़ी अपनी अपनी बैली च। हाँ, तो कोई अपने पिंड आले दुआले कोई जिस चोई होंगी है, नहर होंगी है, कोई ऐसा छंभ होंगी है, कोई ऐसा मशहूर जगह? अपना अपना तालाब बनाए थे ही माल बच्छे नु पानी डाण बस। ठीक है, हाँ गल्ला तो ज्यादा आती पीन उन्होंने वो पिछों पानी आना तो उपर हो जाना तो फालतू है बग जाना गाह ने। तो किन्ने के बारी तुम देखे सांबा शहर? को दो तीन बारी देखे छिंज होंगी रही उसे जाते कि छोटे शहर की समझ कहते ने। बड़ा सोहना शहर है सांबा जरा छोटा जहा। ठीक ठाक। हाँ कहते बसंतर भी कोलों आता ना? बसंतर लेंदी बखी। हाँ, सांबा चढ़ती बखी। सांबा चढ़ती बखी। ठीक है, तो कद जम्मू जान का कोई मौका मिले शहर देख जम्मू या होर कोई मशहूर? मैं तो है छोटा ही कहने जाना उ जम्मू के हम लारियां जा लारियां लारी सांबियों सांबे कठुए निकल गया आँगी कठुआ देखा जी? कठुआ तुम देखा कठुआ? नहीं। ठीक हो गया। हीरा नगर तहसील ही नहीं हीरा नगर? हाँ गुरदासपुर की बिल्कुल। अच्छा, तो दसो सू कि उत जो तुम इधर आए हो तो किनिया तकलीफा उठानिया पिने दिन इतने पहुंचे हो? इतने असी पहुंचे जी जो खलरत कट्ठी हुई उधर। हाँ अच्छा, वो तो गए आ साड़ी एक ताई रही अरंगल पिंड बामना का अरंगल अरंगल अरंगल। हाँ, ये ढंडरों परे ढंडर के परे। अच्छा, असी फिर उदे को आ गया वो जड़ा मालक जगी ही ना जिदे को रेंदे ही ते पैली बांधे ही उदी। हाँ जी, उदा अंतर नखतर ही टब्बर दो ही बाल बच्चा कोई नहीं सी। अच्छा, तो जमीन बड़ी ही उदी वो साड़ी ताई जड़ी ही चार पांच पुत्र ही उदे उदी पैली ना सांभी दी जिले उदे कोल असी आ गया खनक जी कट्ठी हुई जी ना काफला ये तो लंघ आया असी फिर उदे को आ गया रात को पुत्र साडा बड़ा उदा जरा साढ़े को रहा ही वो भी आ गया तो असी उन्हों को रात को आ गया तो सवेरे फिर जरा मालक ही ना जगी उन्होंने फिर आख्या भी जे खड़ना माल बच्छा माल बड़ा है। अच्छा, तो तां लै जा तो निकल जा तो जे जी खड़ने तो घरों अंदरों जी कोई शह चुका चुक लैन बना टपा और फिर सब कुछ छड़ छड़िया जो
जिले जले घर ही वो चुके चके से आ गए। जिले आए ना ढंडर प्हाड़ आले पासे गोड़ थले पला जाए उत्थे खलो गए लगा आखन ओ ढंडर मुसलमाने का पिंड पिछों जी बड़ी खलगत आँदी कोई इधरों दौड़ के आंदा रहा कोई खबरदार हो पिछे मुड़ो खबरदार पिछे मुड़ो अगे टप्पण नहीं देंदे हैं नहीं टप्पण जिहड़े ओह बॉर्डर वाले हन लुटमार करते ही और लुटमार ठीक हो गया वो जिले लुटमार वास्ते आते ही ना वो नकोड़ी अगों पिछे करनी चल पिछे आ जाओ जिंदियां को पेंड आते हैं नको ही वो करद जल इन्हें तो थोड़ा दिन थां गया तो फिर बन्ने से पहुंचे। अच्छा बन्ने से पहुंच गए लगा आखन भी ऐ ही हूँ ढंडर अगे मैं नहीं हूँ जा सकता अज उतो उधर आ गया वो पिछा मुड़ गया तो जी अल्लाह का भला करे बिलकुल अल्लाह का भला करे अल्ले बड़े हो लुटते भी है तो मारते भी है आहो उन उतो पिछा मुड़ते चल खबरदार पिछे मुड़ो जी असी को अठ दस लेंद देंद सानू जी फिर बार्डर के कंधे से आन के तो लगा आखन यही मुसल ये नहीं समझ बन्ना कैडा करा यही बुत्ती पता ही नहीं भी उदो पाकिस्तान की हो जाते कितने ही चले अं एडी कु बुत्ती हाँ जी सीमेंट की बनाई दी। अच्छा ये रियासत है अंग्रेजी इलाका रियासत का तो यह पहले तो मौजूद से ने खबर पहले का मौजूद से। अच्छा उत्थे दसो रहा कि बापू को जमीन किन्नी सी तुहाडे बापू को पिंड साडे को जमीन हाँ जी साडे को जमीन ही घर की ही कोई दस बारह चौदह किले तो त्रै भरा ही मेरे दादे। अच्छा चरना ने बंडी दी फिर 900 रुपये की कोई 25 किले ही ले दी रामू बामन कोलों तुसी 25 किले जमीन ले सी 25 किले 900 रुपये की 900 रुपये ठीक हो गया ते ओ फिर अगे ना भरावां त्रैना बंडी दी ठीक है ते ओ थोड़ी जी हटवी ही ते बाकी जड़ी ओ ते पेंड उत्थे खूब वगैरह नहीं लाया कोई कोई खूब वगैरह नहीं सभी सारी बरानी के ही सब बरानी। अच्छा ते फिर दसो सानू कि नानके कड़े पिंड हा तुहाडे मेरे नाल के ही छन्ने दत्याल रियासत वो रियासत चौबी जनी के पिंड। हाँ अच्छा ते नाना जी का नाम पता कोई नाने का नाम ही टेरू टेरू ते नाने मामे का नाम कहना जान जान खाना खाना ये थोड़े मामुआ का नाम सुना है। हाँ ते नाने दे घर दे आले दुआले किदे किदे घर सन ओ बामणा दे घर सारे बामणा दे किसे दा नाम नहीं याद नहीं ठीक हो गया। अच्छा तो शादी थोड़ी फिर कितनी हुई इतने आने के इतने आके हुई किड़े पिंड शादी हुई हजे तुगलपुर हाँ वो गिदरपुर के कोल जड़ा है। हाँ ठीक हो गया तो इतों थोड़ी बरात किन्नी क गई थी की दसा गो बंदे 15-20 आए 15-20 बंदे तो पहले जी बरात रात रही है पहले रही है फिर सात दिन का टाइम आ गया है ਤੁਸੀਂ ਜਦੋਂ ਤੁਹਾਡੀ ਸ਼ਾਦੀ ਹੋਈ ਹੈ ਤਾਂ ਉਦੋਂ 7 ਦਿਨ ਦਾ ਟਾਈਮ ਆ ਗਿਆ ਸੀ ਅਤੇ ਵਾਪਸ ਲੋਕ ਆ ਜਾਂਦੇ ਰਹੇ ਨੇ ਹੈ। ਅੱਛਾ ਅਤੇ ਬਰਾਤ ਕਾਹਤੇ ਗਈ ਸੀ ਤੁਹਾਡੀ ਘੋੜੀ 'ਤੇ ਤੁਸੀਂ ਦੁੱਲਾ ਜਿਹੜਾ ਸੀ ਘੋੜੀ 'ਤੇ ਬੈਠੇ ਦਾ ਸੀ ਅਤੇ ਬਾਕੀ ਬਰਾਤ ਜਿਹੜੀ ਉਹ ਪੈਦਲ ਸੀ ਪੈਦਲ ਠੀਕ ਹੋ ਗਿਆ ਅਤੇ ਕੋਈ ਚਾਚੂ ਯਾਦ ਹੋਏ ਕਿ ਉੱਥੇ ਜਾ ਕੇ ਬਰਾਤ ਨੂੰ ਸੁਸਾਲ ਵਾਲਿਆਂ ਨੇ ਕੀ ਖਿਲਾਇਆ ਸੀ ਸੋਚਾ ਮੇਰੀ ਸੁਣ ਕਰ ਅਮਾਨੀ ਜੀ ਜੀ ਕਰਿਆ ਜਾਓ ਅਮਾਨੀ ਨਹੀਂ ਇੱਕੋ ਹੀ ਬੱਚਾ ਸੀ ਤੁਹਾਡਾ ਪਿੰਡ ਪੁਰਾਣਾ ਕਿਹੜਾ ਸੀ ਗੱਪਸ਼ਪ ਲਾ ਕੇ ਔਰ ਅਸੀਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਇਸ ਉਮਰ ਦੇ ਵਿੱਚ ਵੀ ਤੁਹਾਨੂੰ ਉਹਨਾਂ ਨੇ ਸਿਹਤਮੰਦ ਰੱਖੇ ਦਾ ਤੇ ਅੱਲਾਹ ਪਾਕ ਅੱਗੇ ਦੁਆ ਕਰਨਾ ਕਿ ਹਮੇਸ਼ਾ ਅੱਲਾਹ ਪਾਕ ਤੁਹਾਨੂੰ ਸਿਹਤਮੰਦ ਰੱਖੇ। ਤੁਹਾਡਾ ਜਿਹੜਾ ਪੁਰਾਣਾ ਪਿੰਡ ਸੀ ਉਹ ਵੀ ਅਲੱਗ ਸਾਡੀ ਗੱਲਬਾਤ ਸਾਰੇ ਸੁਣ ਰਹੇ ਨੇ ਉਹ ਜਿਹੜਾ ਪਿੰਡਾਂ 'ਚ ਤੁਸੀਂ ਨਾਂ ਲਏ ਨੇ ਨਾਨਕਿਆਂ ਦੇ ਪਿੰਡ ਦੇ ਜਾਂ ਉਸ ਪਿੰਡ ਦੇ ਜਿਹੜੇ ਆਲੇ ਦੁਆਲੇ ਪਿੰਡ ਜਿਹਨਾਂ 'ਚ ਤੁਸੀਂ ਨਾਂ ਲਏ ਨੇ ਉਹ ਵੀ ਸਾਡੀ ਇਹ ਗੱਲਬਾਤ ਸੁਣ ਰਹੇ ਨੇ ਉਹਨਾਂ ਨੂੰ ਕੋਈ ਦੁਆ ਸਲਾਮ ਕਰਨੀ ਜਿਵੇਂ ਕਰ ਲਓ ਹੱਸਦੇ ਬੱਸਦੇ ਰਹੋ ਜੀ ਪਰ
सलाम सर, ठीक ठाक ठीक है जी। बहुत शुक्रिया, मेहरबानी, अस्सलाम वालेकुम। ठीक है माई, अस्सलाम वालेकुम।